लो जी, मशहूर टिकटॉकर अली फैसल जट, वकार पिंडर जट, ते एक होर मुंडा है वेला मुंडा, ते एक हसन साहब सिकाई है बस आले, ते इन्हां तुसी जानदे हो, सुनिया होवे दा ना इन्हां दा, ते तुसी आंदे होंदे इन्हां नंबर लेना है गल बात करने, कोई व्हाट्सएप नंबर मिल जावे, कोई औखा काम कोई नहीं है, तुसी ना ना रह जे, ਤੁਸੀਂ ਆਖਦੇ ਜੇ ਇਹਦਾ ਰਤਬਾ ਨਹੀਂ ਤਾਂ ਸਾਡਾ ਰਤਬਾ ਕਿਵੇਂ ਕਰਵਾ ਦਿਓ ਇਹਦਾ, ਯਾਰ ਐਡੀ ਔਖੀ ਕੋਈ ਗੱਲ ਕੋਈ ਨਹੀਂ, ਸੋਸ਼ਲ ਮੀਡੀਆ ਦਾ ਦੌਰ ਹੈ, ਆਪਾਂ ਗੱਲਬਾਤ ਕਰ ਲਾਂਗੇ, ਤੁਸੀਂ ਕਮੈਂਟ ਕਰੋ, ਤੁਹਾਨੂੰ ਮੈਨਸ਼ਨ ਕਰ ਦਿਓ ਵਕਾਲ ਪਿੰਡਰ ਨਾਲ ਗੱਲ ਕਰਨੀ ਜੇ, ਤੁਸੀਂ ਉਹਦਾ ਨਾਂ ਥੱਲੇ ਮੇਰੇ ਪੋਸਟ 'ਤੇ ਮੈਨਸ਼ਨ ਕਰੋ, ਅਤੇ ਇਨਸ਼ਾਅੱਲਾ ਜਦੋਂ ਕਮੈਂਟ ਤੁਹਾਡਾ ਜਾਇਦ ਹੈ ਨਾ ਉੱਧਰ, ਅਤੇ ਇਨਸ਼ਾਅੱਲਾ ਨਾ ਤੁਹਾਡੇ ਕਮੈਂਟ 'ਤੇ ਜਵਾਬ ਦੇਣ ਦੇ, ਮੈਂ ਨਹੀਂ ਮੰਨਦਾ ਤੁਹਾਡੇ ਕਮੈਂਟ 'ਤੇ ਨਾ ਜਵਾਬ ਦੇ, ਹੁਣ ਇੱਥੇ ਮੈਂ ਬਾਹਰ ਆਇਆ ਸਾਂ, ਮੇਰੇ ਦਿਲ 'ਚ ਖਿਆਲ ਆਇਆ ਮੈਂ ਕਿਹਾ ਬੰਦੇ ਨਾ ਲਓ ਜੀ, ਅੱਜ ਦਾ ਯਾਰ ਮਾਲ ਡੰਗਰ ਰੱਖੀ ਨਾ, ਅਤੇ ਛੋਟੇ ਛੋਟੇ ਕੰਮ ਵੀ ਕਰਨੇ ਪੈਂਦੇ ਨੇ, ਸਾਡੀ ਮੱਝਾਂ ਨੇ ਨਾ ਪੈਰਾਂ ਨਾਲ ਸੁਲੰਗ ਪੱਟ ਦਿੱਤਾ, ਹੁਣ ਸੁਲੰਗ ਲਾਉਂਦੇ ਪਏ ਹਾਂ, ਮੈਂ ਜੇ ਨਾਲ ਆਇਆ ਨਾ ਸਾਰਾ ਵਾਲਾ ਹੀ ਪੱਟ ਦੇਣਾ। ਲਓ ਜੀ, ਹੁਣ ਤਾਂ ਬਾਹਰ ਮੈਂ ਆ ਗਿਆ ਵਾਂ, ਅਤੇ ਉਹ ਮਗਰ ਲੱਗੀ ਬੇਰੀ, ਥੋੜ੍ਹਾ ਸੂਰਜ ਦੀ ਰੋਸ਼ਨੀ ਹੈ, ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਵੀ ਹਨੇਰਾ, ਉਹ ਦੇਖ ਸਕਦੇ ਸਾਹਮਣੇ ਬੇਰੀ ਹੈ, ਅਤੇ ਬੇਰੀ ਪੱਕੇ ਖਾ ਲੈਣੇ, ਥੋੜ੍ਹਾ ਗਲਾ ਖਰਾਬ ਸੀ, ਮੈਂ ਨਾ ਖਾਈਏ, ਐਂ ਗਲਾ ਨਾ ਖਰਾਬ ਕਿਤੇ ਹੋ ਜਾਵੇ, ਅਤੇ ਆਇਓ ਨਾਲ ਨਾਲ ਚੱਲਦੇ ਹਾਂ, ਨਾਲ ਨਾਲ ਰਿਹਾ ਜੇ, ਨਾਲ ਨਾਲ ਗੱਲਾਂ ਬਾਤਾਂ ਕਰਨੇ ਹਾਂ, ਅਤੇ ਆਹ ਬਰਸੀਨ ਸਾਡਾ, ਅਤੇ ਉਹ ਸਰੋਂ ਆਪਾਂ ਲਾਈਏ ਪਕਾਵੇ, ਐਗੀ ਤਜਰਬਾ ਕੀਤਾ, ਅਤੇ ਮੈਂ ਗੰਦਮ ਨਾਲ ਸਰੋਂ ਲਾ ਲਈਏ ਨਾ, ਉਹ ਚੰਗੀ ਰਹਿੰਦੀ ਹੈ, ਜਿਹਦੀ ਇਹ ਖੂਬੀ ਹੈਗੀ ਹੈ, ਨਾਲ ਆਪਾਂ ਨੂੰ ਨਾ ਫਿਰ ਇਹਦੀ ਖੇਚਲ ਕੋਈ ਸਰੋਂ ਵੀ ਕਰਨੀ ਪੈਂਦੀ, ਅਤੇ ਗੰਦਮ ਦੀ ਖੇਚਲ ਬਹੁਤ ਹੈ, ਮਜ਼ਦੂਰੀ ਬਹੁਤ ਪੈਂਦੀ ਹੈ, ਅਤੇ ਜਿਹਦੀ ਵਜ੍ਹਾ ਤੋਂ ਲੋਕ ਘੱਟ ਕਰਦੇ ਨੇ, ਅਤੇ ਲੇਕਿਨ ਮੈਂ ਤਾਂ ਕਿ ਵਿਘਾ ਕੱਢ ਕੇ ਤਾਂ ਤਜਰਬਾ ਕੀਤਾ ਹੈ, ਮਿਹਨਤ ਹਾਲਾਂਕਿ ਪਿਛੇਤਰੀ ਬਹੁਤ ਗੱਡੀ ਸੀ, ਫਿਰ ਵੀ ਅੱਛੀ ਰਹਿ ਜਾਣੀ ਹੈ, ਅਤੇ ਕਿਉਂਕਿ ਇਹਦਾ ਐਡਾ ਖਰਚਾ ਕੋਈ ਨਹੀਂ ਹੈਗਾ ਗੰਦਮ ਦਾ, ਲੋਕਾਂ ਨੂੰ ਅਤੇ ਇੱਥੇ ਹੁਣ ਨਾਲ ਹੀ ਆਪਣੇ ਬਰਸੀਨ, ਅਤੇ ਇੱਥੇ ਨਾ ਥੋੜ੍ਹਾ ਮਸਲਾ ਆਇਆ ਬਰਸੀਨ ਨੂੰ, ਆਇਆ ਜਾਨਵਰ ਖਾਂਦੇ ਨਹੀਂ ਪਏ, ਆਹ ਦੇਖ ਸਕਦੇ ਇੰਨਾ ਕਾਲਾ ਕਾਲਾ ਹੋਇਆ ਹੈ, ਇਹ ਮਸਲਾ ਥੋੜ੍ਹਾ ਜਿਹਾ ਆਇਆ ਹੋਇਆ, ਅਤੇ ਇਹ ਮਸਲਾ ਆਪਾਂ ਵੇਖਣ ਆਏ ਹਾਂ, ਕੀ ਮਸਲਾ ਆਇਆ ਕਿ ਪੱਠਿਆਂ 'ਚ ਮਸਲਾ ਕੀ ਹੈ, ਜਿਹਦੀ ਉਮਰ ਤੋਂ ਜਾਨਵਰ ਖਾਂਦੇ ਨਹੀਂ ਪਏ, ਅਤੇ ਹਾਲਾਂਕਿ ਆਪਾਂ ਵੈਕਸੀਨ ਨਹੀਂ ਕਰਵਾ ਦਿੱਤੀ ਮੂੰਹ ਖੋਰ ਦੀ, ਮੈਂ ਕਿਤੇ ਮੂੰਹ ਖੋਰ ਨਾ ਆਇਆ ਹੋਵੇ, ਲੇਕਿਨ ਨਹੀਂ ਕੋਈ ਮਸਲਾ ਹੱਲ ਹੁੰਦਾ ਹੀ ਨਹੀਂ ਪਿਆ, ਹੁਣ ਤੁਸੀਂ ਇਹ ਨਾ ਸਮਝਿਆ ਜੇ ਇਹ ਡਰਾਮੇ ਕਰਦਾ ਪਿਆ, ਡਰਾਮੇ ਡਰੂਮੇ ਕੋਈ ਨਹੀਂ, ਜੇ ਤੁਸੀਂ ਜੇ ਅਗਰ ਉਹਨਾਂ ਦਾ ਗੱਲ ਕਰਨੀ, ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਗੱਲ ਕਰਨ ਦੀ, ਤੁਸੀਂ ਗੱਲ ਕਰਨੀ ਹੈ ਉਹਦੇ, ਜਿਹੜੀ ਮੈਂ ਮੇਰੀ ਵੀਡੀਓ ਤੁਸੀਂ ਦੇਖ ਰਹੇ ਥੱਲੇ ਕਮੈਂਟ ਕਰੋ, ਉਹਦਾ ਨਾਂ ਮੈਨਸ਼ਨ ਕਰਕੇ, ਜੇ ਵਕਾਰ ਲਿਖਣਾ ਹੈ ਵਕਾਰ ਨਾਲ ਗੱਲ ਕਰਨੀ, ਵਕਾਰ ਦਾ ਨਾਂ ਥੱਲੇ ਕਮੈਂਟ ਕਰ ਦਿਓ, ਇਨਸ਼ਾਅੱਲਾ ਮੈਂ ਨਾ ਉਹ ਬੰਦੇ ਬਹੁਤ ਅੱਛੇ ਨੇ ਤੁਹਾਡੇ ਨਾਲ ਜਵਾਬ ਦੇਣਦੇ ਕਮੈਂਟ ਦਾ, ਅਤੇ ਉਹਨਾਂ ਇਲਾਕਾ ਹੈਗਾ ਜਿਹੜਾ ਫੈਸਲ ਜੱਟ ਸਾਹਿਬ ਨੇ ਉਹ ਰਹਿੰਦੇ ਨੇ ਫੋਟਾਬਾਸ, ਅਤੇ ਜਿਹੜੇ ਵਕਾਰ ਪਿੰਡਰ ਨੇ ਉਹ ਰਹਿੰਦੇ ਨੇ ਨਨਕਾਣੇ ਨਾਲ ਤਲਕ, ਨਨਕਾਣੇ ਮੋਟਰਵੇ ਉੱਤੇ ਘਰ ਹੈ ਉਹਨਾਂ ਦਾ, ਅਤੇ ਗੱਲਾਂ ਆਪਾਂ ਨਾਲ ਨਾਲ ਚੱਲਦੀਆਂ ਰਹਿੰਦੀਆਂ, ਹੁਣ ਤੁਸੀਂ ਸਰੋਂ ਦੇਖੋ ਮੇਰੀ ਪੱਕੀ ਪਈ ਹੈ, ਕੰਮ ਜਿਹੜਾ ਵੀ ਹੈ ਨਾ ਉਹ ਦਿਲ ਨੀਅਤ ਨਾਲ ਕਰੋ, ਕਾਮਯਾਬੀ ਹਾਸਲ ਹੋ ਜਾਂਦੀ ਹੈ, ਕਾਮਯਾਬੀ ਹਾਸਲ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ, ਉਹ ਮਿਹਨਤ ਤੁਹਾਨੂੰ ਕਰਨੀ